ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਮੰਤ ਮਾਨ ਜੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਾਭ ਦੇਣ ਦੇ ਲਈ ਤਿੰਨ ਵੱਡੇ ਐਲਾਨ ਕਰ ਦਿੱਤੇ ਹਨ ਜਿਵੇਂ ਕਿ ਤੁਹਾਨੂੰ ਪਤਾ ਚੱਲ ਗਿਆ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਸੋ ਆਮ ਆਦਮੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਾਭ ਦੇਣ ਦੇ ਲਈ ਤਿੰਨ ਵੱਡੇ ਐਲਾਨ ਕੀਤੇ ਗਏ ਹਨ ਸੋ ਕਿਹੜੇ ਨੇ ਇਹ ਐਲਾਨ ਆਉ ਜਾਣਦੇ ਹਾਂ ਸਭ ਤੋਂ ਪਹਿਲਾ ਐਲਾਨ ਇਹ ਕੀਤਾ ਗਿਆ ਹੈ ਜਿਨ੍ਹਾਂ ਵੀ ਪਰਿਵਾਰਾਂ ਦੇ ਪੁਰਾਣੇ ਬਕਾਇਆ ਬਿੱਲ ਰਹਿੰਦੇ ਹਨ ਉਹਨਾਂ ਨੂੰ ਮਾਫ ਕਰਨ ਸੰਬੰਧੀ ਐਲਾਨ ਕੀਤਾ ਗਿਆ ਹੈ ਸੋ ਇਹ ਲਾਭ ਕਰੇ ਲੋਕ ਹਫਤਕਾਰਾਂ ਨੂੰ ਹੀ ਮਿਲੇਗਾ ਉਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਹੁਣ ਹਰ ਮਹੀਨੇ 300 ਯੂਨਟ ਹਰ ਪਰਿਵਾਰ ਨੂੰ ਦਿੱਤੀ ਜਾਵੇਗੀ ਸੋ ਇਸ ਸਬਸਿਡੀ ਦੇ ਸੰਬੰਧਿਤ ਹੈ ਜੋ ਹੁਣ ਬਕਾਇਆ ਜਿੰਨਾ ਵੀ ਬਿੱਲ ਬਣੇਗਾ ਉਸ ਨੂੰ ਮਾਫ ਕੀਤਾ ਜਾਵੇਗਾ ਸੋ ਜੇਕਰ ਤੁਹਾਡੇ ਮਹੀਨੇ ਦੀ ਬਿਜਲੀ ਯੂਨਟ 300 ਜਾਂ ਫਿਰ ਇਸ ਤੋਂ ਘੱਟ ਬਣੇਗੀ ਤਾਂ ਤੁਹਾਡੇ ਬਿਜਲੀ ਦਾ ਬਿੱਲ ਜ਼ੀਰੋ ਆਇਆ ਕਰੇਗਾ ਸੋ ਉਸ ਤੋਂ ਬਾਅਦ ਤੀਜਾ ਐਲਾਨ ਇਹ ਕੀਤਾ ਗਿਆ ਹੈ ਜਿਵੇਂ ਕਿ ਪੰਜਾਬ ਵਿੱਚ ਬਿਜਲੀ ਦੇ ਕਟ ਸੰਬੰਧਿਤ ਬਹੁਤ ਰਹਿ ਜੋ ਮੁਸ਼ਕਲਾਂ ਹੁੰਦੀਆਂ ਸਨ ਸੋ ਹੁਣ ਪੰਜਾਬ ਦੇ ਵਿੱਚ 24 ਘੰਟੇ ਬਿਜਲੀ ਰਹਿ करेगी संबंधित भी आम आदमी ਵੱਲੋਂ ਇਹ ਐਲਾਨ ਕੀਤਾ ਗਿਆ ਹੈ ਸੋ ਜੇਕਰ ਦੋਸਤੋ ਤੁਹਾਨੂੰ 300 ਯੂਨਟ ਹੈ ਜੋ ਮਹੀਨੇ ਦੀ ਫਰੀ ਨਹੀਂ ਮਿਲਦੀ ਹੈ ਤੁਸੀਂ ਇਸ ਸੰਬੰਧਿਤ ਹੈ ਜੋ ਅਪਲਾਈ ਨਹੀਂ ਕੀਤਾ ਹੈ ਸੋ ਜਲਦ ਹੀ ਤੁਹਾਡੇ ਲਈ ਇਸ ਦੇ ਸੰਬੰਧਿਤ ਵੀਡੀਓ ਆਵੇਗੀ ਸੋ ਜਦੋਂ ਵੀ ਕੋਈ ਨੋਟੀਫਿਕੇਸ਼ਨ 300 ਯੂਨਟ ਸੰਬੰਧਿਤ ਹੈ ਜੋ ਆਵੇਗਾ ਤਾਂ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿੱਤਾ ਜਾਵੇਗਾ ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਆਉਣ ਵਾਲੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ